ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਆਰ ਵੀ ਟੀ ਲਵ ਵਲੋਗਸ 'ਤੇ। ਹੋਰ ਕਿੱਦਾਂ ਤੁਸੀਂ ਸਾਰੇ ਜਾਣੇ? ਆਈ ਹੋਪ ਤੁਸੀਂ ਸਭ ਜਾਣੇ ਵਧੀਆ ਹੋਵੋਗੇ ਅਤੇ ਵਾਹਿਗੁਰੂ ਦੀ ਮਿਹਰ ਆ, ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ। ਅਤੇ ਅੱਜ ਦਿਨ ਹੈਗਾ ਸੋਮਵਾਰ, ਅਤੇ ਅੱਜ ਦੇ ਮੈਂ ਸ਼ੁਰੂਆਤ ਕਰਨ ਲੱਗੀ ਹਾਂ ਵੀਡੀਓ ਦੀ। ਪੌਣੇ ਕੁ ਇੱਕ ਹੋ ਗਏ, ਪਤਾ ਨਹੀਂ ਇੱਕ ਵੱਜਣ ਵਾਲੇ ਆ, ਘੜੀ ਦਾ ਟਾਈਮ ਨਹੀਂ ਪਤਾ, ਕੁਝ ਮੈਂ ਮੋਬਾਈਲ ਤੋਂ ਚੈੱਕ ਕਰਦੀ ਹਾਂ। ਹਾਂਜੀ, 12:15 ਹੋ ਗਏ ਆ ਜੀ। ਅਤੇ ਹੁਣ ਮੈਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੀ ਹਾਂ, ਤਾਂ ਮੈਂ ਹੁਣੀ ਹਜੇ ਫ੍ਰੀ ਹੋਈ ਹਾਂ, ਸਾਰਾ ਕੰਮ ਕਾਰ ਕਰਕੇ ਅੱਜ ਝਾੜੂ ਪੋਚਾ ਸਭ ਕੁਛ ਮੈਨੂੰ ਖੁਦ ਨੂੰ ਹੀ ਕਰਨਾ ਪਿਆ, ਕਿਉਂਕਿ ਕੁੜੀ ਛੁੱਟੀ 'ਤੇ ਸੀ। ਅਤੇ ਮੈਂ ਘਰ ਦੀਆਂ ਨਾਲ ਲੱਗਦੀ ਸੈਟਿੰਗਾਂ ਚੇਂਜ ਕਰਤੀ ਆ, ਮੈਂ ਕਿਹਾ ਚਲੋ ਸੈਟਿੰਗ ਵੀ ਚੇਂਜ ਕਰ ਲੈਂਦੇ ਹਾਂ, ਕਿਉਂਕਿ ਥੋੜ੍ਹੀ ਜਿਹੀ ਸੈਟਿੰਗ ਚੇਂਜ ਹੋਣ ਨਾਲ ਜਿਹੜਾ ਮਾਇੰਡ ਚੇਂਜ ਹੋ ਜਾਂਦਾ। ਅਤੇ ਚਲੋ ਪਹਿਲਾਂ ਮੈਂ ਤੁਹਾਨੂੰ ਸੈਟਿੰਗ ਜਿਹੜੀਆਂ ਚੇਂਜ ਕੀਤੀਆਂ ਉਹ ਦਿਖਾ ਦੇਵਾਂ, ਉਸ ਤੋਂ ਬਾਅਦ ਮੈਂ ਨਹਾ ਲਵਾਂ ਅਤੇ ਫਿਰ ਤੁਹਾਨੂੰ ਮਿਲਦੀ ਹਾਂ। ਮੈਂ ਨਾ ਸਫਾਈ ਹੋ ਚੁੱਕੀ ਆ ਸਾਰੀ ਆ, ਮੈਂ ਜਿਹੜਾ ਆ ਹੁਣ ਸੋਫਾ ਕਵਰ ਚੇਂਜ ਕਰਨਾ ਆ, ਅਤੇ ਇਹ ਵੀ ਮੈਂ ਜਿਹੜੀ ਨਿਊ ਵੀਡੀਓ ਬਣਾਉਣੀ ਆ ਸੋਫਾ ਕਵਰ ਦੀ, ਉਹ ਤੁਹਾਡੇ ਨਾਲ ਨੈਕਸਟ ਵੀਡੀਓ ਸ਼ੇਅਰ ਕਰੂੰਗੀ। ਮਸ਼ੀਨ ਮੈਂ ਉੱਪਰ ਲੈ ਆਉਂਦੀ ਆ, ਅਤੇ ਜਿਹੜਾ ਇੱਥੋਂ ਸਾਰੀ ਸਫਾਈ ਹੋ ਗਈ ਆ, ਅਤੇ ਮੈਂ ਅੰਦਰ ਵਾਲੀ ਇੱਥੇ ਸ਼ਿਫਟ ਕਰਤੀ ਆ। ਆ ਵੀ ਸਾਰਾ ਕੁਛ ਮੈਂ ਡਸਟਿੰਗ ਵਗੈਰਾ ਕਰਕੇ ਭਾਂਡੇ ਵਗੈਰਾ ਮਾਂਜ ਕੇ ਰੱਖਤੇ ਆ, ਬਾਅਦ 'ਚੋਂ ਸਾਰਾ ਕੁਛ ਚਿਣੂੰਗੀ। ਅਤੇ ਇੱਧਰ ਜਿਹੜੀ ਮੈਂ ਸੈਟਿੰਗ ਚੇਂਜ ਕੀਤੀ ਆ, ਉਹ ਕੀਤੀ ਆ ਰੂਮ ਦੀ। ਅਤੇ ਦੇਖੋ ਪਹਿਲਾਂ ਤੁਸੀਂ ਦੇਖ ਸਕਦੇ ਬੈੱਡ ਜਿਹੜਾ ਇੱਧਰਲੀ ਕੰਧਨਾ ਸੀ, ਪਰ ਹੁਣ ਮੈਂ ਬੈੱਡ ਸਾਹਮਣੇ ਮਤਲਬ ਲਾਈਟ ਦੇ ਨੀਚੇ ਸਾਹਮਣੇ ਕੰਧਨਾ ਲਾਤਾ, ਅਤੇ ਨਾਲ ਹੀ ਟਾਈਸਨ ਦਾ ਬੈੱਡ। ਅਤੇ ਇੱਦਾਂ ਜਿਹੜੀ ਥੋੜ੍ਹੀ ਜਿਹੀ ਸਪੇਸ ਜਿਹੜੀ ਹੈ ਖੁੱਲ੍ਹੀ ਹੋ ਜੂਗੀ। ਅਤੇ ਇੱਧਰ ਦੇਖੋ ਟਾਈਸਨ ਨੇ ਬੈੱਡ ਦਾ ਕੀ ਹਾਲ ਕੀਤਾ ਪਿਆ ਹੈ, ਸਾਰੀ ਲੱਕੜੀ ਖਾ ਖਾ ਕੇ ਬੁਰਾ ਹਾਲ ਕੀਤਾ ਆ। ਅਸੀਂ ਲੱਕੜੀ ਦੇ ਉੱਪਰ ਜਿਹੜੀ ਡੌਕ ਟੇਪ ਹੁੰਦੀ ਆ ਉਹ ਲਗਾਈ ਸੀ ਕਿ ਜਿਹੜੀ ਇਹਦੇ ਮੂੰਹ ਦੇ ਵਿੱਚ ਛਿਲਤਾ ਨਾ ਲੱਗਣ, ਪਰ ਇਹਨੇ ਜਿਹੜੀ ਸਾਰੀ ਟੇਪ ਆ ਉਹ ਵੀ ਉਖਾੜ ਸਿੱਟੀ ਆ। ਅਤੇ ਹੁਣ ਜਿਹੜਾ ਆ ਅਸੀਂ ਪਲੈਨਿੰਗ ਕਰਦੇ ਪਏ ਹਾਂ ਨਿਊ ਬੈੱਡ ਲੈਣ ਦੀ। ਦੇਖੋ ਇਹਨੂੰ ਐਕਸਚੇਂਜ ਕਰਾਉਂਦੇ ਹਾਂ ਜਾਂ ਨਿਊ ਲੈਂਦੇ ਹਾਂ, ਕਿਉਂਕਿ ਮੇਰਾ ਵਿਚਾਰ ਆ ਕਿ ਇਹ ਵਾਲਾ ਜਿਹੜਾ ਬੈੱਡ ਆ ਇਹ ਨੀਚੇ ਸ਼ਿਫਟ ਕਰ ਦਿੱਤਾ ਜਾਵੇ। ਇਹ ਜਿਹੜਾ ਬੈੱਡ ਆ ਇਹ ਮੇਰੇ ਵਿਆਹ ਦਾ ਆ, ਸੋ ਸਾਡਾ ਵਿਚਾਰ ਆ ਵੀ ਇਸ ਬੈੱਡ ਨੂੰ ਨੀਚੇ ਸ਼ਿਫਟ ਕਰ ਦਿੱਤਾ ਜਾਵੇ ਜਿੱਥੇ ਬੁਟੀਕ ਆ, ਅਤੇ ਇੱਥੇ ਨਵਾਂ ਬੈੱਡ ਲਿਆਂਦਾ ਜਾਵੇ। ਹੁਣ ਨੈਕਸਟ ਦੇਖਦੇ ਹਾਂ ਕੀ ਕਰਨਾ ਕੀ ਨਹੀਂ। ਅਤੇ ਇਹਨੇ ਸੱਤਿਆਨਾਸ ਮਾਰਤਾ ਪਿਆ, ਸਾਰੇ ਫਰਨੀਚਰ ਦਾ ਖਾਂਦਾ ਰਹਿੰਦਾ, ਦਰਵਾਜ਼ੇ ਵੀ ਖਾਂਦਾ ਰਹਿੰਦਾ ਆ। ਇੱਥੇ ਇਹਦੇ ਬਹੁਤ ਕੁੱਟ ਪੈਂਦੀ ਹੈ ਇਸ ਚੀਜ਼ ਪਿੱਛੇ, ਅਤੇ ਮੈਂ ਇੱਥੋਂ ਚੇਂਜ ਕਰਤਾ, ਮੈਟ ਵਗੈਰਾ ਵੀ ਚੇਂਜ ਕਰਤੇ ਆ। ਅਤੇ ਹੁਣ ਮੈਂ ਨਹਾਉਣ ਜਾਣਾ ਹੈ, ਚੱਪਲ ਮੈਂ ਉੱਥੇ ਉਤਾਰਤੀ ਕਿਉਂਕਿ ਮੈਂ ਪੋਚੇ ਲਾ ਕੇ ਹਟੀ ਹਾਂ, ਅਤੇ ਪੈਰ ਮੇਰੇ ਗਿੱਲੇ ਸੀ। ਅਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਜਿਹੜੀਆਂ ਸੈਟਿੰਗਾਂ ਕਿਸ ਤਰ੍ਹਾਂ ਦੀਆਂ ਲੱਗੀਆਂ। ਅਤੇ ਚਲੋ ਹੁਣ ਮੈਂ ਜਿਹੜਾ ਨਹਾ ਲਵਾਂ, ਅਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਨਹਾਉਣ ਤੋਂ ਬਾਅਦ। ਅਤੇ ਲਓ ਜੀ, ਮੈਂ ਜਿਹੜਾ ਹੁਣ ਨਹਾ ਕੇ ਆ ਗਈ ਹਾਂ, ਅਤੇ ਹੁਣ ਜਿਹੜਾ ਟਾਈਮ ਆ 12:15 ਹੋ ਗਿਆ। ਅਤੇ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਫਿਰ ਮੈਨੂੰ ਯਾਦ ਆਇਆ ਕਿ ਜਿਹੜਾ ਉਹ ਡਰੰਮੀ ਹੁੰਦੀ ਆ ਨਾ ਜਿਹਦੇ ਵਿੱਚ ਆਟਾ ਪਾਈਦਾ, ਕਿ ਆਟਾ ਖਤਮ ਹੋ ਗਿਆ, ਉਹ ਡਰੰਮੀ ਵੀ ਮਾਂਜ ਕੇ ਧੁੱਪੇ ਰੱਖ ਕੇ ਆਉਣੀ ਆ। ਫਿਰ ਮੈਂ ਉਹ ਮਾਂਜਣ ਚਲੀ ਗਈ ਸੀ, ਫਿਰ ਡਰੰਮੀ ਮਾਂਜ ਕੇ ਧੁੱਪੇ ਰੱਖ ਕੇ ਆਈ, ਅਤੇ ਨਾਲ ਦੀ ਨਾਲ ਜਿੰਨੇ ਵੀ ਸਾਰੇ ਡੋਰਮੈਟ ਸੀਗੇ ਫਿਰ ਸਾਰਿਆਂ ਨੂੰ ਜਿਹੜਾ ਸਰਫ 'ਚ ਭਿਉਂ ਕੇ ਆਈ। ਅਤੇ ਹੁਣ ਜਿਹੜਾ ਉਹ ਸਾਰਾ ਦਿਨ ਭਿੰਤੇ ਰਹੂਗੇ, ਅਤੇ ਜਿੰਨੀ ਵੀ ਉਹਨਾਂ 'ਚ ਮੈਲ ਹੋਊਗੀ ਉਹ ਉਗਲ ਜੂਗੀ, ਕਿਉਂਕਿ ਇੱਦਾਂ ਹੀ ਗੰਦੇ ਬੰਦੇ ਪੈਰ ਸਾਫ਼ ਕਰੀਦੇ ਆ ਅਤੇ ਉਹ ਕਾਫ਼ੀ ਗੰਦੇ ਹੋ ਜਾਂਦੇ ਆ, ਤਾਂ ਕਰਕੇ ਹੁਣ ਮੈਂ ਉਹਨਾਂ ਨੂੰ ਭਿਉਂ ਕੇ ਆਈ ਹਾਂ। ਅਤੇ ਸ਼ਾਮਾਂ ਤੱਕ ਜਿਹੜੇ ਆ ਉਹਨਾਂ ਦੀ ਮੈਲ ਉਗਲ ਜੂਗੀ, ਫਿਰ ਉਹਨਾਂ 'ਤੇ ਬ੍ਰੱਸ਼ ਮਾਰ ਕੇ ਅਤੇ ਉਹਨਾਂ ਨੂੰ ਸੁੱਕਣੇ ਪਾ ਦੂੰਗੀ ਮੈਂ ਸ਼ਾਮ ਨੂੰ। ਅਤੇ ਜਿਹੜਾ ਫਿਰ ਸਵੇਰ ਤੱਕ ਆ ਉਹ ਸੁੱਕ ਜੂਗੇ, ਫਿਰ ਕੱਲ੍ਹ ਨੂੰ ਝਾੜੂ ਪੋਚਾ ਹੋ ਜੂਗਾ, ਅਤੇ ਉਸ ਤੋਂ ਬਾਅਦ ਫਿਰ ਸਾਰੇ ਥਾਂ ਥਾਂ ਵਿਛਾ ਦੂੰਗੀ। ਮੈਂ ਜਿਹੜੇ ਕੀ ਕੀਤੇ ਆ, ਮੈਂ ਦੋ ਦੋ ਸੈੱਟ ਰੱਖੇ ਹੋਏ ਆ ਮੈਟਾਂ ਦੇ, ਮਤਲਬ ਕਿ ਜਿੱਦਾਂ ਡੋਰਸ ਦੇ ਵਿੱਚ ਤਾਂ ਇੱਕ ਇੱਕ ਹੀ ਰੱਖਿਆ, ਕਿਚਨ ਦੇ ਵਿੱਚ ਅਤੇ ਬਾਥਰੂਮ ਦੇ ਮੂਹਰੇ ਦੋ ਸੈੱਟ ਰੱਖੇ ਆ, ਕਿਉਂਕਿ ਬਾਥਰੂਮ ਦੇ ਮੂਹਰੇ ਅਤੇ ਕਿਚਨ ਦੇ ਵਿੱਚ ਹੀ ਦੋਨਾਂ 'ਚ ਮੇਨ ਜ਼ਿਆਦਾ ਜ਼ਰੂਰਤ ਹੁੰਦੀ ਆ, ਕਿਉਂਕਿ ਉੱਥੇ ਪਾਣੀ ਵਗੈਰਾ ਮਤਲਬ ਬਾਥਰੂਮ 'ਚੋਂ ਵੀ ਨਿਕਲੀਏ ਅਤੇ ਪਾਣੀ ਵਗੈਰਾ ਹੁੰਦਾ ਹੈ, ਅਤੇ ਕਿਚਨ 'ਚੋਂ ਵੀ ਪਾਣੀ ਵਗੈਰਾ ਭਾਂਡੇ ਮਾਂਜਣ ਨਾਲ ਹੋ ਜਾਂਦਾ ਹੈ ਤਾਂ ਕਰਕੇ। ਅਤੇ ਉਹ ਦੋਨੋਂ ਮੈਂ ਜਿਹੜੇ ਆ ਚੇਂਜ ਕਰਕੇ ਵਿਛਾ ਦਿੱਤੇ ਆ, ਬਾਥਰੂਮ ਮੂਹਰੇ ਵੀ ਅਤੇ ਕਿਚਨ ਦੇ ਅੱਗੇ ਵੀ, ਅਤੇ ਕਿਚਨ ਦੇ ਅੱਗੇ ਨਹੀਂ ਮਤਲਬ ਕਿਚਨ ਦੇ ਸਿੰਕ ਦੇ ਅੱਗੇ ਜਿੱਥੋਂ ਪਾਣੀ ਜ਼ਿਆਦਾ ਗਿਰਦਾ ਆ। ਅਤੇ ਹੁਣ ਮੈਂ ਸਾਰਾ ਕੰਮ ਆਪਣਾ ਨਿਬੇੜ ਕੇ ਹੁਣ ਫ੍ਰੀ ਹੋਈ ਹਾਂ। ਹੁਣ ਮੈਂ ਲੰਚ ਦਾ ਸੋਚਣਾ ਆ ਹਜੇ ਕੀ ਬਣਾਉਣਾ ਆ, ਪਰ ਹਸਬੈਂਡ ਨੂੰ ਪੁੱਛਿਆ ਸੀ, ਉਹਨਾਂ ਨੂੰ ਕਾਲ ਕੀਤੀ ਅਤੇ ਉਹ ਕਹਿੰਦੇ ਮੋਰਨਿੰਗ ਨਾਸ਼ਤਾ ਜਿਹੜਾ ਹੈਵੀ ਹੋ ਗਿਆ ਸੀਗਾ ਅਤੇ ਦੁਪਹਿਰ ਨੂੰ ਲੰਚ ਜ਼ਿਆਦਾ ਨਹੀਂ ਕਰਨਾ, ਕੋਈ ਫਰੂਟ ਵਗੈਰਾ ਹੀ ਖਾਣਾ ਆ। ਮੇ ਬੀ ਉਹ ਦਵਾਣਾ ਵਗੈਰਾ ਕੁਛ ਲਿਆਉਣਗੇ ਅਤੇ ਉਹੀ ਕੱਟਾਂਗੇ, ਜਾਂ ਫਿਰ ਅੰਬ ਵਗੈਰਾ ਦਾ ਸ਼ੇਕ ਬਣਾਵਾਂਗੇ। ਅਤੇ ਮੋਰਨਿੰਗ ਜਿਹੜਾ ਮੈਂ ਦਵੇਲੀ ਬਣਾਈ ਸੀ, ਮੇ ਬੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਊਗਾ ਦਵੇਲੀ ਕੀ ਹੁੰਦੀ ਆ, ਅਤੇ ਮੈਂ ਉਹ ਬਣਾਈ ਸੀ। ਰੁਕ ਜਾਓ, ਮੈਂ ਕੈਮਰਾ ਥੋੜ੍ਹਾ ਨੇੜੇ ਕਰਦੀ ਹਾਂ, ਕਾਫ਼ੀ ਦੂਰ ਆ। ਅਤੇ ਮੋਰਨਿੰਗ ਟਾਈਮ ਜਿਹੜੀ ਆ ਮੈਂ ਦਵੇਲੀ ਜਿਹਨੂੰ ਕਹਿੰਦੇ ਆ ਨਾ, ਪਤਾ ਨਹੀਂ ਮਹਾਰਾਸ਼ਟਰਨ ਡਿਸ਼ ਹੀ ਆ ਸ਼ਾਇਦ, ਉਹ ਬਣਾਈ ਸੀ। ਅਤੇ ਉਹਨਾਂ ਹੀ ਚਾਹ ਪੀ ਲਈ ਸੀ, ਅਤੇ ਨਾਲ ਮਤਲਬ ਹਸਬੈਂਡ ਨੂੰ ਆਲੂ ਵਾਲੇ ਪਰੌਂਠੇ ਬਣਾ ਦਿੱਤੇ ਸੀ, ਜਿਹੜੇ ਆਲੂ ਦਵੇਲੀ ਲਈ ਤਿਆਰ ਕੀਤੇ ਸੀ। ਉਹਨਾਂ ਨੇ ਇੱਕ ਦਵੇਲੀ ਖਾਧੀ ਅਤੇ ਇੱਕ ਮਤਲਬ ਪੀਸ ਦਵੇਲੀ ਦਾ ਖਾਧਾ, ਬੰਦ ਵੱਡੇ ਬੰਦ 'ਚ ਬਣਾ ਦਿੱਤਾ ਸੀ ਮੈਂ। ਅਤੇ ਇੱਕ ਹੀ ਉਹਨਾਂ ਨੇ ਜਿਹੜਾ ਆਲੂ ਦਾ ਪਰੌਂਠਾ ਖਾਧਾ, ਅਤੇ ਫਿੱਕੇ ਆਲੂਆਂ ਦਾ ਜਿਹੜਾ ਆ ਟਾਈਸਨ ਦੇ ਲਈ ਸਿੰਪਲ ਭਰ ਕੇ ਰੋਟੀ ਬਣਾਉਣੀ ਹੁੰਦੀ ਆ, ਉਹ ਸਿੰਪਲ ਦਹੀਂ ਨਾਲ ਖਾ ਲੈਂਦਾ ਆ, ਅਤੇ ਉਹ ਦਿੱਤੀ ਸੀ, ਪਰ ਉਹਨੇ ਨਹੀਂ ਖਾਧੀ, ਪਤਾ ਨਹੀਂ ਕਿਉਂ ਉਹਦੀ ਸਿਹਤ ਨਹੀਂ ਠੀਕ ਕਰਕੇ ਜਿਹੜੀ ਆ ਰੋਟੀ ਹਜੇ ਨਹੀਂ ਖਾਂਦਾ ਪਿਆ ਹੈਗਾ।
ਤੇ ਮਤਲਬ ਇਹਨੂੰ ਜਿਹੜਾ ਗਲੂਕੋਜ਼ ਆ ਉਹ ਲੱਗਣਾ ਬੰਦ ਹੋ ਗਿਆ। ਸੈਟਰਡੇ ਜਿਹੜਾ ਲਾਸਟ ਦਿਨ ਲੱਗਾ ਸੀ, ਸੰਡੇ ਕੱਲ੍ਹ ਨਹੀਂ ਲੱਗਾ, ਤੇ ਅੱਜ ਮੰਡੇ ਅੱਜ ਵੀ ਨਹੀਂ ਲੱਗਾ ਹੈਗਾ। ਤੇ ਮਤਲਬ ਜਿੰਨੇ ਦਿਨ ਗਲੂਕੋਜ਼ ਲੱਗਾ ਥੋੜਾ ਜਿਹਾ ਐਕਟਿਵ ਰਿਹਾ, ਖੇਲ ਲੈਂਦਾ ਸੀ, ਪਰ ਹੁਣ ਜਿਹੜੀ ਇਹਨੂੰ ਜਲਦੀ ਥਕਾਵਟ ਹੋ ਜਾਂਦੀ ਆ, ਬਸ ਸਾਰਾ ਦਿਹਾੜੀ ਸੁੱਤਾ ਹੀ ਰਹਿੰਦਾ ਆ। ਬਾਕੀ ਦੇਖੋ ਕਿ ਹੋ ਜਾਊਗਾ ਠੀਕ, ਹੈ ਨਾ, ਥੋੜੀ ਰੈਸਟ ਦੇ ਉੱਤੇ ਹੀ ਆ, ਜਿੰਨੀ ਰੈਸਟ ਕਰੂਗਾ ਉਨੀ ਜਲਦੀ ਠੀਕ ਹੋਊਗਾ। ਤੇ ਅੱਜ ਜਿਹੜਾ ਆ ਹੁਣ ਮੈਂ ਸਾਰੇ ਕੰਮਾਂ ਤੋਂ ਫ੍ਰੀ ਆ, ਤੇ ਕੁੜੀਆਂ ਵੀ ਅੱਜ ਛੁੱਟੀ ਤੇ ਆ, ਸਿਲਾਈ ਦੀ ਵੀ ਛੁੱਟੀ ਕੀਤੀ ਆ, ਮਤਲਬ ਕਿ ਮੈਂ, ਤੇ ਕਿਉਂਕਿ ਜਿਹੜੀ ਆ ਮੈਂ ਬਾਹਰ ਕੋਈ ਆਇਆ ਨਹੀਂ, ਤੇ ਕਿਉਂਕਿ ਰੁਕ ਜਾਓ ਮੈਂ ਇੱਕ ਮਿੰਟ ਦੇਖ ਕੇ ਆਈ, ਸ਼ਾਇਦ ਬਾਹਰ ਕੋਈ ਆਇਆ। ਹਾਂਜੀ, ਤੇ ਬਾਹਰ ਕੋਈ ਨਹੀਂ ਸੀ, ਟਾਈਸਨ ਐਵੀ ਦਿੱਤਾ। ਆ ਜਾਓ ਉੱਪਰ, ਆ ਜਾ ਮੇਰੇ ਬੱਚਾ, ਛੇਤੀ ਆਓ, ਜਲਦੀ ਆਓ। ਤੇ ਅੱਜ ਮੈਂ ਦਿਨ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਫ੍ਰੀ ਰੱਖਿਆ, ਉਹ ਫ੍ਰੀ ਰੱਖਣ ਦੀ ਵੀ ਵਜ੍ਹਾ ਆ, ਕਿਉਂਕਿ ਅੱਜ ਮੈਂ ਜਿਹੜੀ ਆ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਆ ਕਿ ਅਸੀਂ ਘਰ ਪਈ ਬੈੱਡ ਸ਼ੀਟ ਤੋਂ ਹੀ ਜਿਹੜਾ ਸੋਫਾ ਕਵਰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ। ਕਿਉਂਕਿ ਪਹਿਲਾਂ ਜਿਹੜੀ ਮੈਂ ਇੱਕ ਸੋਫਾ ਕਵਰ ਦੀ ਵੀਡੀਓ ਪਾਈ ਹੋਈ ਆ ਕਿ ਘਰ ਹੀ ਅਸੀਂ ਜਿਹੜਾ ਸੋਫਾ ਕਵਰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ, ਤੇ ਉਹ ਸਾਰਿਆਂ ਨੂੰ ਬਹੁਤ ਪਸੰਦ ਆਈ ਆ, ਤੇ ਸਾਰੇ ਜਿਹੜੇ ਆ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ। ਸੋ ਮੈਂ ਸੋਚਿਆ ਕਿ ਮੇਰੇ ਕੋਲ ਕਾਫੀ ਆਈਡੀਆ ਇੱਦਾਂ ਦੇ ਹੈਗੇ ਆ, ਤੇ ਮੈਂ ਬਹੁਤ ਸਾਰੀਆਂ ਬਣਾਉਂਦੀ ਰਹਿੰਦੀ ਹਾਂ, ਇੱਦਾਂ ਮਤਲਬ DIYs ਕਰਕੇ ਬੈੱਡ ਸ਼ੀਟ ਤੋਂ ਹੀ ਜਿਹੜਾ ਸੋਫਾ ਕਵਰ ਤੇ ਦੀਵਾਨ ਸੈੱਟ, ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆ ਕਰੂੰਗੀ, ਕਿਉਂਕਿ ਜਿਹੜੀ ਆ ਬੈੱਡ ਸ਼ੀਟ ਜਿਹੜੀ ਅਸੀਂ ਜ਼ਿਆਦਾ ਵਿਛਾਉਂਦੇ ਰਹਿੰਦੇ ਹਾਂ, ਫਿਰ ਅਸੀਂ ਉੱਥੋਂ ਥੋੜ੍ਹਾ ਜਿਹਾ ਬੋਰ ਵੀ ਹੋਣ ਲੱਗ ਪੈਂਦੇ ਹਾਂ, ਤੇ ਫਿਰ ਉਹਨਾਂ ਦਾ ਜਿਹੜਾ ਅਸੀਂ ਰੀਯੂਜ਼ ਕਰ ਵੀ ਸਕਦੇ ਹਾਂ, ਰੀਯੂਜ਼ ਕਰਕੇ ਜਿਹੜਾ ਆ ਉਹਨਾਂ ਨੂੰ ਇੱਕ ਵਧੀਆ ਲੁੱਕ ਦੇ ਸਕਦੇ ਹਾਂ, ਤੇ ਫਿਰ ਜਿਹੜਾ ਉਹਦਾ ਯੂਜ਼ ਦੁਬਾਰਾ ਤੋਂ ਹੀ ਹੋਣ ਲੱਗ ਪੈਂਦਾ, ਉਹਦੀ ਲੁੱਕ ਚੇਂਜ ਹੋ ਜਾਂਦੀ ਆ, ਤੇ ਫਿਰ ਸਾਨੂੰ ਵੀ ਜਿਹੜੀ ਉਹ ਦੁਬਾਰਾ ਤੋਂ ਸੋਹਣੀ ਲੱਗਣ ਲੱਗ ਪੈਂਦੀ ਆ, ਤਾਂ ਕਰਕੇ। ਤੇ ਹੁਣ ਮੈਂ ਬਾਬੂ ਹਟ ਜਾ ਬੱਚੇ, ਮੈਂ ਨਹੀਂ ਖਾਜ ਕਰਨੀ, ਸੌਂ ਜਾਓ ਤੁਸੀਂ, ਥੋੜ੍ਹੀ ਦੇਰ ਸੌਂ ਲਓ। ਤੇ ਇੱਥੇ ਟਾਈਸਨ ਮੇਰੇ ਕੋਲ ਬੈਠਾ ਆ, ਵੇਖੋ ਕਾਕੇ ਆ ਕੀ ਆ, ਕਿੱਦਾਂ ਦੇਖਦੇ ਆ, ਚਲੋ ਨਹੀਂ ਨਹੀਂ ਕਰ, ਸੌਂ ਜਾ ਮੇਰੇ ਬੱਚੇ। ਹਾਂਜੀ, ਇੱਥੇ ਹੀ ਆ ਪੁੱਤ, ਮੈਂ ਕਿਤੇ ਨਹੀਂ ਚੱਲੀ, ਟਾਈਸਨ ਨੂੰ ਆ ਕਿ ਤਿਆਰ ਹੋ ਗਈ ਆ, ਮੰਮੀ ਸ਼ਾਇਦ ਕਿਤੇ ਚੱਲੀ ਆ, ਪਰ ਮੈਂ ਕਿੱਥੇ ਜਾਣਾ, ਮੈਂ ਘਰ ਹੀ ਰਹਿਣਾ। ਬਸ ਥੋੜ੍ਹਾ ਜਿਹਾ ਮਤਲਬ ਨਹਾਉਣ ਤੋਂ ਬਾਅਦ ਸੰਧੂਰ ਵਗੈਰਾ ਬਿੰਦੀ ਵਗੈਰਾ ਲਗਾ ਲਓ, ਇਹ ਮਤਲਬ ਸਾਡੇ ਇੱਦਾਂ ਹੁੰਦਾ ਹੀ ਆ ਕਿ ਸੰਧੂਰ ਬਿੰਦੀ ਲਗਾ ਕੇ ਰੱਖਣੀ ਵਧੀਆ ਲੱਗਦੀ ਆ ਮੈਨੂੰ ਵੀ, ਅਤੇ ਉਹ ਲਗਾਉਣੀ ਵੀ ਚਾਹੀਦੀ ਆ, ਹੈ ਨਾ, ਵਿਆਹ ਤੋਂ ਬਾਅਦ ਬੰਦੇ ਨੂੰ ਤਿਆਰ ਹੋ ਕੇ ਰਹਿਣਾ ਚਾਹੀਦਾ ਆ। ਕਹਿੰਦੇ ਆ ਕਿ ਬੰਦਾ ਜਿੰਨਾ ਬੰਦਾ ਕਿ 16 ਸ਼ਿੰਗਾਰ ਹੁੰਦਾ ਕਰਦਾ, ਉਨੀ ਜ਼ਿਆਦਾ ਮਤਲਬ ਵਧੀਆ ਵੀ ਲੱਗਦਾ, ਅਤੇ ਇੱਕ ਜਿਹੜੀ ਕਹਿੰਦੇ ਆਦਮੀ ਦੀ ਸੁੱਖ ਵੀ ਮੰਗੀ ਜਾ ਹੁੰਦੀ ਆ, ਮੰਗੀ ਮਤਲਬ ਮੰਗ ਹੁੰਦੀ ਆ ਉਸ ਤਰ੍ਹਾਂ। ਅਤੇ ਤਾਂ ਮੈਂ ਨਹਾ ਕੇ ਹੁਣ ਤਿਆਰ ਹੋ ਗਈ ਹਾਂ, ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਜਿਹੜਾ ਮੂੰਹ ਬਿਮਾਰਾਂ ਵਾਲਾ ਲੱਗਦਾ ਰਹਿੰਦਾ ਜੇ ਤਿਆਰ ਨਾ ਹੋਵੋ, ਅਤੇ ਇੱਕ ਜਦੋਂ ਕੰਮ ਕਰਦੇ ਰਹੋ, ਹੈ ਨਾ, ਪਸੀਨਾ ਆ ਕੇ ਸ਼ਗਲ ਇੰਨੀ ਭੈੜੀ ਲੱਗਣ ਲੱਗ ਪੈਂਦੀ ਆ, ਜਿੱਦਾਂ ਪਤਾ ਨਹੀਂ ਕਿਹੜੇ ਅਸੀਂ ਕੂੜੇਦਾਨ 'ਚੋਂ ਨਿਕਲ ਕੇ ਆਏ ਹੁੰਦੇ ਹਾਂ, ਅਤੇ ਇੱਧਰ ਮਸਤੀ ਮਾਰ ਹੋ ਰਹੀ ਆ। ਕੀ ਹੋਇਆ, ਕੀ ਹੋਇਆ ਕੁਗੜੀ, ਕੁਗੜੀ ਕੀ ਹੋਇਆ, ਕੀ ਹੋਇਆ ਕਾਕੇ, ਪਾਪਾ ਆ ਗਏ। ਦੇਖੋ ਪਾਪਾਆਂ ਦੇ ਨਾਮ 'ਤੇ ਕਿੱਦਾਂ ਕਿੰਨੀ ਛੇਤੀ ਉੱਠ ਗਿਆ। ਅਤੇ ਹੋਰ ਤੁਸੀਂ ਮੈਨੂੰ ਸੁਜੈਸ਼ਨ ਵੀ ਦਿਆ ਕਰੋ ਕਮੈਂਟਸ ਕਰਕੇ, ਕਿ ਮੈਂ ਮਤਲਬ ਕਿਹੜੀਆਂ ਚੀਜ਼ਾਂ ਤੁਹਾਡੇ ਲੈ ਕੇ ਆਇਆ, ਜਿੱਦਾਂ ਮਤਲਬ ਤੁਸੀਂ ਮੈਨੂੰ ਪੁੱਛ ਸਕਦੇ ਹੋ ਨਾ, ਕਿ ਅਸੀਂ ਜਿੱਦਾਂ ਹੁਣ ਮੈਂ ਤਾਂ ਫਿਟਿਡ ਬੈੱਡ ਸ਼ੀਟ ਬਣਾਉਂਦੀ ਹਾਂ ਆਪਣੇ ਲਈ, ਇਲਾਸਟਿਕ ਲਗਾ ਕੇ ਬੈੱਡ ਸ਼ੀਟ, ਅਤੇ ਉਹ ਬੈੱਡ ਸ਼ੀਟ ਵਿਛਾਉਣੀ ਜਿਹੜੀ ਆ ਬਹੁਤ ਜ਼ਿਆਦਾ ਈਜ਼ੀ ਹੁੰਦੀ ਆ, ਅਤੇ ਜਿਹੜੀ ਆ ਉਹ ਇਕੱਠੀ ਵੀ ਨਹੀਂ ਹੁੰਦੀ। ਮੈਨੂੰ ਤਾਂ ਟਾਈਸਨ ਕਰਕੇ ਜਿਹੜੀ ਆ ਸਾਰੀਆਂ ਮੈਂ ਸਿੰਪਲ ਬੈੱਡ ਸ਼ੀਟਾਂ ਹੀ ਲੈ ਕੇ ਆਉਂਦੀ ਹਾਂ, ਕਿਉਂਕਿ ਜੇ ਅਸੀਂ ਮਾਰਕੀਟ ਤੋਂ ਜਾਂ ਔਨਲਾਈਨ ਫਿਟਿਡ ਬੈੱਡ ਸ਼ੀਟਾਂ ਮੰਗਾਈਏ, ਤਾਂ ਉਹ ਜਿਹੜੀਆਂ ਬਹੁਤ ਜ਼ਿਆਦਾ ਕੋਸਟਲੀ ਹੁੰਦੀਆਂ, ਅਤੇ ਕਈ ਜਿਹੜੇ ਆ ਉਹ ਅਫੋਰਡ ਨਹੀਂ ਕਰ ਸਕਦੇ। ਸੋ ਅਸੀਂ ਜਿਹੜੀ ਆ 5-10 ਰੁਪਏ ਦੀ ਇਲਾਸਟਿਕ ਲਗਾ ਕੇ ਫਿਟਿਡ ਬੈੱਡ ਸ਼ੀਟ ਘਰ 'ਚ ਬੜੇ ਆਰਾਮ ਨਾਲ ਬੜੇ ਈਜ਼ੀ ਤਰੀਕੇ ਨਾਲ ਬਣਾ ਸਕਦੇ ਹਾਂ, ਹੈ ਨਾ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਫਿਟਿਡ ਬੈੱਡ ਸ਼ੀਟ ਅਸੀਂ ਕਿਸ ਤਰ੍ਹਾਂ ਸਿੰਪਲ ਜਿਹੜੀਆਂ ਸਾਡੀਆਂ ਆਮ ਬੈੱਡ ਸ਼ੀਟ, ਦੇਖੋ ਹੁਣ ਜਿੱਦਾਂ ਮੈਂ ਆਹ ਵਾਲੀ ਬੈੱਡ ਸ਼ੀਟ ਵਿਛਾਈ ਹੋਈ ਆ, ਇਹਨੂੰ ਵੀ ਮੈਂ ਫਿਟਿਡ ਬੈੱਡ ਸ਼ੀਟ ਹੀ ਬਣਾਇਆ ਹੋਇਆ ਆ। ਅਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੈਂ ਕਿਸ ਤਰ੍ਹਾਂ ਬਣਾਇਆ ਆ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਅਤੇ ਮੈਂ ਹੁਣ ਜਿਹੜੀਆਂ ਨਵੀਆਂ ਬੈੱਡ ਸ਼ੀਟਾਂ ਖਰੀਦ ਕੀਤੀਆਂ ਸੀ, ਮਤਲਬ ਖਰੀਦੀਆਂ ਸੀ ਤੁਹਾਡੇ ਨਾਲ ਲਾਸਟ ਤੋਂ ਲਾਸਟ ਵੀਡੀਓ 'ਚ ਮੇ ਵੀ ਸ਼ੇਅਰ ਕੀਤਾ ਸੀ ਨਾ, ਜਿਸ ਦਿਨ ਮੈਂ ਮੋਰਨਿੰਗ ਸ਼ੋਪਿੰਗ ਕਰਕੇ ਆਈ ਸੀ, ਅਤੇ ਮੈਂ ਉਹਨਾਂ ਵਿੱਚੋਂ ਜਿਹੜੀ ਆ ਬੈੱਡ ਸ਼ੀਟ ਤੁਹਾਨੂੰ ਜਿਹੜੀ ਆ ਬਣਾ ਕੇ ਦਿਖਾ ਦਊਂਗੀ ਕਿ ਅਸੀਂ ਨੋਰਮਲ ਤਰੀਕੇ ਨਾਲ ਕਿੱਦਾਂ ਫਿਟਿਡ ਬੈੱਡ ਸ਼ੀਟ ਘਰ 'ਚ ਹੀ ਬਣਾ ਸਕਦੇ ਹਾਂ। ਅਤੇ ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਨੈਕਸਟ ਵੀਡੀਓ ਜਿਹੜੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੋਫਾ ਦੀ, ਸੋਫਾ ਨੂੰ ਕਿੱਦਾਂ ਅਸੀਂ ਜਿਹੜਾ ਆ ਥੋੜ੍ਹੀ ਜਿਹੀ ਨਿਊ ਲੁੱਕ ਦੇ ਸਕਦੇ ਹਾਂ, ਅਤੇ ਉਹ ਵੀ ਮੈਂ ਬੈੱਡ ਸ਼ੀਟ ਤੋਂ ਹੀ ਬਣਾਉਣਾ ਹੈ, ਕਿਉਂਕਿ ਜਿਹੜੀ
ਬੈੱਡਸ਼ੀਟਸ ਮੈਂ ਵੈਸੇ ਤਾਂ ਮੈਂ ਤੁਸੀਂ ਘਰੋਂ ਪਈ ਬੈੱਡਸ਼ੀਟ ਤੋਂ ਬਣਾ ਸਕਦੇ ਹੋ, ਪਰ ਮੇਰੇ ਕੋਲ ਘਰ ਕੋਈ ਇੱਦਾਂ ਦੀ ਬੈੱਡਸ਼ੀਟ ਨਹੀਂ ਸੀ ਜਿਹਦਾ ਮੈਂ ਦੁਬਾਰਾ ਇਸਤੇਮਾਲ ਕਰ ਸਕਾਂ, ਕਿਉਂਕਿ ਜਿਹੜੀਆਂ ਬੈੱਡਸ਼ੀਟਾਂ ਆ ਮੇਰੀਆਂ ਕਾਫੀ ਖਰਾਬ ਹੋ ਗਈਆਂ ਸੀਗੀਆਂ, ਤੇ ਸ਼ਿਫਟਿੰਗ ਦੇ ਵਿੱਚ ਵੀ ਜਿਹੜੀਆਂ ਬੈੱਡਸ਼ੀਟਾਂ ਸਮਾਨ ਉਹਨਾਂ ਵਿੱਚ ਬੰਨ ਕੇ ਲਿਆਂਦਾ ਸੀ, ਤੇ ਜਿੱਦਾਂ ਲੱਕੜੀ ਵਗੈਰਾ ਦੇ ਕੋਨੇ ਲੱਗ ਕੇ ਬੈੱਡਸ਼ੀਟਾਂ ਫਾਟ ਗਈਆਂ ਸੀ, ਮਤਲਬ ਫਟ ਗਈਆਂ ਸੀ, ਤੇ ਤਾਂ ਕਰਕੇ ਜਿਹੜੀਆਂ ਮੇਰੀਆਂ ਪੁਰਾਣੀਆਂ ਬੈੱਡਸ਼ੀਟਾਂ ਮੇਰੇ ਕੋਲ ਜ਼ਿਆਦਾ ਨਹੀਂ ਸੀ, ਤੇ ਹੁਣ ਮੈਂ ਜਿਹੜੀਆਂ ਮਤਲਬ ਨਵੀਆਂ ਬੈੱਡਸ਼ੀਟਾਂ ਲੈ ਰਹੀ ਹਾਂ, ਤੇ ਜਿਹੜੀਆਂ ਮਤਲਬ ਪਿਛਲੇ ਸਾਲ ਵਾਲੀਆਂ 2-3 ਬੈੱਡਸ਼ੀਟਾਂ ਆ ਮੈਂ ਉਹਨਾਂ ਦਾ ਵੀ ਯੂਜ਼ ਕਰੂੰਗੀ, ਉਹ ਵੀ ਤੁਹਾਨੂੰ ਦਿਖਾਉਂਗੀ, ਤੇ ਮੈਂ ਇੱਕ ਸੋਫਾ ਕਵਰ ਬਣਾਉਣਾ ਆ, ਇੱਕ ਦੀਵਾਨ ਸੈੱਟ ਪੂਰਾ ਬਣਾਉਣਾ ਆ ਸਿੰਪਲ ਬੈੱਡਸ਼ੀਟ ਤੋਂ ਹੀ, ਘਰੇ ਹੀ ਅਸੀਂ ਕਿ ਫਰਿੱਲ ਵਗੈਰਾ ਲਗਾ ਕੇ ਡਿਜ਼ਾਈਨਿੰਗ ਕਰਕੇ, ਕਿਉਂਕਿ ਮੇਰੀ ਜਿਹੜੀ ਆ ਊਸ਼ਾ ਦੀ ਪ੍ਰੀਮਾ ਸਟਿਚ ਮਸ਼ੀਨ ਆ, ਤੇ ਮੈਂ ਉਹਦੇ ਨਾਲ ਜਿਹੜੀ ਆ ਕਢਾਈ ਵੀ ਕਰ ਲੈਂਦੀ ਹਾਂ, ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਕਿ ਅਸੀਂ ਘਰੇ ਹੀ ਜਿਹੜੇ ਆ ਕਢਾਈ ਵਾਲੇ ਕੁਸ਼ਨ ਕਿਸ ਤਰ੍ਹਾਂ ਬਣਾ ਸਕਦੇ ਹਾਂ, ਜੇ ਤੁਹਾਡੇ ਕੋਲ ਮਸ਼ੀਨ ਨਹੀਂ ਵੀ ਹੈਗੀ ਆ ਤੇ ਤੁਸੀਂ ਹੱਥ ਨਾਲ ਹੀ ਕਢਾਈ ਕਰਕੇ ਕਿਸ ਤਰ੍ਹਾਂ, ਹਨਾ ਜਿੱਦਾਂ ਅੱਜ ਕੱਲ੍ਹ ਟ੍ਰੈਂਡ ਚੱਲਿਆ ਹੈ ਮਿਸਟਰ ਐਂਡ ਮਿਸਿਜ਼, ਮਿਸਟਰ ਰਾਈਟ ਮਿਸਿਜ਼ ਰਾਈਟ, ਹਨਾ ਉਸ ਤਰ੍ਹਾਂ ਦੇ ਕੁਸ਼ਨ ਕਿਸ ਤਰ੍ਹਾਂ ਹੱਥ ਨਾਲ ਕਢਾਈ ਕਰਕੇ ਬਣਾ ਸਕਦੇ ਹੋ, ਕਿਉਂਕਿ ਜਿਹੜੀ ਆ ਕੁਸ਼ਨ ਕਵਰ ਬਣਾਉਣੇ ਤਾਂ ਬਹੁਤ ਸੌਖੇ ਹੁੰਦੇ ਆ, ਇੱਕ ਚੌਰਸ ਜਿਹਾ ਪੀਸ ਕੱਟ ਕੇ ਬਣਾਉਣਾ ਹੁੰਦਾ, ਤੇ ਪਰ ਜਿਹੜੀ ਉੱਪਰ ਉਹਦੇ ਕਢਾਈ ਆ ਜਾਂ ਪੇਂਟਿੰਗ ਆ ਜਾਂ ਕੋਈ ਵੀ ਡਿਜ਼ਾਈਨਿੰਗ ਆ DIY ਕਿਸ ਤਰ੍ਹਾਂ ਕਰ ਸਕਦੇ ਆ, ਤੇ ਹੁਣ ਜਿਹੜਾ ਮੈਂ ਘਰ ਨੂੰ ਸਜਾਉਣਾ ਸ਼ੁਰੂ ਕਰ ਦੇਣਾ ਹੈ, ਕਿਉਂਕਿ ਜਿਹੜਾ ਜੁਲਾਈ ਮਹੀਨਾ ਆਉਣ ਵਾਲਾ ਹੈ, ਅੱਜ 14 ਜੂਨ ਹੋ ਗਈ ਆ, ਤੇ ਜੁਲਾਈ ਦੇ ਵਿੱਚ ਮੇਰੇ ਹਸਬੈਂਡ ਦਾ ਬਰਥਡੇ ਆ, ਤੇ ਅਗਸਤ ਦੇ ਵਿੱਚ ਟਾਈਸਨ ਦਾ ਬਰਥਡੇ ਆ, ਤੇ ਬਰਥਡੇ ਸੈਲੀਬ੍ਰੇਟ ਵੀ ਅਸੀਂ ਕਰਨਾ ਆ ਦੋਨਾਂ ਦਾ ਬੜੀ ਧੂਮ ਧਾਮ ਨਾਲ, ਖੁਸ਼ੀ ਨਾ, ਕਿਉਂਕਿ ਜੇ ਕਹਿੰਦੇ ਆਪ ਖੁਸ਼ ਰਹੋ ਤਾਂ ਰੱਬ ਫਿਰ ਖੁਸ਼ ਰੱਖਦਾ ਆ, ਤੇ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਵੱਡੀਆਂ ਖੁਸ਼ੀਆਂ ਬਣਾ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਆ, ਸੋ ਮੈਂ ਸੋਚ ਰਹੀ ਹਾਂ ਕਿ ਪਾਰਟੀ ਜੇ ਮਤਲਬ ਜੇ ਲੋਕਡਾਊਨ ਵਗੈਰਾ ਉਦੋਂ ਸਾਰਾ ਕੁਝ ਸਹੀ ਹੋ ਗਿਆ ਤੇ ਪਾਰਟੀ ਫਿਰ ਵੱਡੀ ਕਰਾਂਗੇ, ਤੇ ਘਰ ਨੂੰ ਜਿਹੜਾ ਥੋੜਾ ਸੋਹਣਾ ਬਣਾਉਣਾ ਵੀ ਇਸ ਲਈ ਜ਼ਰੂਰੀ ਆ, ਕਿਉਂਕਿ ਕੋਈ ਆਊਗਾ ਘਰ ਦੇਖੂਗਾ ਤੇ ਘਰ ਸੋਹਣਾ ਹੋਣਾ ਚਾਹੀਦਾ ਸਾਡਾ, ਤਾਂ ਕਰਕੇ ਹੁਣ ਜਿਹੜਾ ਆ ਮੈਂ ਘਰ ਪਈਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਜਿਹੜਾ ਹੈ ਘਰ ਨੂੰ ਸਜਾਉਣਾ ਆ, ਕਿਉਂਕਿ ਮੇਰੇ ਕੋਲ ਬਾਹਰ ਜਾਣ ਦਾ ਇੰਨਾ ਟਾਈਮ ਨਹੀਂ ਹੁੰਦਾ, ਤੇ ਮੈਂ ਬਾਹਰ ਜਾਣਾ ਇੰਨਾ ਪ੍ਰੈਫਰ ਵੀ ਨਹੀਂ ਕਰਦੀ, ਕਿਉਂਕਿ ਸੇਫਟੀ ਬਾਹਰ ਬਿਲਕੁਲ ਵੀ ਨਹੀਂ ਆ, ਲੋਕ ਜਿਹੜੇ ਥੋੜੇ ਜਿਹੜੇ ਸੇਫਟੀ ਯੂਜ਼ ਕਰਦੇ ਆ, ਪਰ ਕੁਛ ਕੁ ਲੋਕ ਆ ਜਿਹੜੇ ਸੇਫਟੀ ਯੂਜ਼ ਨਹੀਂ ਕਰਦੇ ਹੈਗੇ, ਤੇ ਜਿਹੜੇ ਨਹੀਂ ਸੇਫਟੀ ਯੂਜ਼ ਕਰਦੇ ਆ ਉਹਨਾਂ ਦੀ ਕਰਕੇ ਹੀ ਜਿਹੜੇ ਜ਼ਿਆਦਾ ਸੇਫਟੀ ਯੂਜ਼ ਕਰਦੇ ਆ ਉਹ ਵੀ ਕਈ ਵਾਰ ਜਿਹੜੇ ਆ ਫਸ ਜਾਂਦੇ ਆ, ਹਨਾ, ਸੋ ਇਸ ਕਰਕੇ ਬਾਹਰ ਨਾ ਹੀ ਜਾਈਏ ਉਨਾ ਹੀ ਸਾਡੇ ਲਈ ਚੰਗਾ ਆ, ਤੇ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ, ਵੀਡੀਓ ਕਾਫੀ ਲੰਬੀ ਹੋ ਜਾਣੀ ਆ, ਤੇ ਨੈਕਸਟ ਵੀਡੀਓ 'ਚ ਤੁਹਾਨੂੰ ਮਿਲਦੇ ਹਾਂ ਨਵਾਂ ਕੁਛ ਲੈ ਕੇ, ਤੇ ਤੁਸੀਂ ਮੈਨੂੰ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਦਿਓ ਕਿ ਜਿਹੜੀ ਮੈਂ ਨੈਕਸਟ ਵੀਡੀਓ ਆ ਉਹ ਹਿੰਦੀ ਦੇ ਵਿੱਚ ਸ਼ੂਟ ਕਰਾਂ ਜਾਂ ਪੰਜਾਬੀ ਦੇ ਵਿੱਚ, ਕਿਉਂਕਿ ਕਈਆਂ ਨੂੰ ਤਾਂ ਪੰਜਾਬੀ ਸਮਝਣੀ ਕਾਫੀ ਈਜ਼ੀ ਹੁੰਦੀ ਆ, ਪਰ ਕਈਆਂ ਲਈ ਪੰਜਾਬੀ ਜਿਹੜੀ ਥੋੜ੍ਹੀ ਔਖੀ ਹੁੰਦੀ ਆ, ਹਨਾ ਸਮਝਣੀ, ਕਿਉਂਕਿ ਜਿਹੜੇ ਸਾਡੇ ਅਸੀਂ ਪੰਜਾਬੀ ਹੁੰਦੇ ਹਾਂ ਅਸੀਂ ਹਿੰਦੀ ਤਾਂ ਸੌਖੀ ਸਮਝ ਲੈਂਦੇ ਹਾਂ, ਤੇ ਜਿਹੜੀ ਸਾਡੇ ਤੋਂ ਪੰਜਾਬੀ ਜਿਹੜੇ ਹਿੰਦੀ ਏ ਹਿੰਦੀ ਬੋਲਦੇ ਆ, ਹਨਾ ਹਿੰਦੂ ਮਤਲਬ ਹਿੰਦੂ ਕਹਿ ਲਓ ਜਾਂ ਹਿੰਦੀ ਹੀ ਬੋਲਦੇ ਆ, ਉਹਨਾਂ ਨੂੰ ਸਾਡੀ ਪੰਜਾਬੀ ਕਈ ਵਾਰ ਸਮਝ ਨਹੀਂ ਆਉਂਦੀ ਹੈਗੀ, ਸੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਜਿਹੜੀ ਨੈਕਸਟ ਵੀਡੀਓ ਆ ਮੈਂ ਹਿੰਦੀ 'ਚ ਸ਼ੂਟ ਕਰਾਂ ਜਾਂ ਪੰਜਾਬੀ ਦੇ ਵਿੱਚ, ਮੈਂ ਉਸੇ ਤਰ੍ਹਾਂ ਜਿਹੜੀ ਆ ਸ਼ੂਟ ਕਰ ਲੂੰਗੀ, ਤੇ ਫਿਰ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ, ਕਿਉਂਕਿ ਜੇ ਤੁਸੀਂ ਮੈਨੂੰ ਕਮੈਂਟ ਕਰੂੰਗੇ ਉਸ ਹਿਸਾਬ ਨਾਲ ਹੀ ਮੈਂ ਕਰੂੰਗੀ, ਤੇ ਜੇ ਕਿਸੇ ਦਾ ਕਮੈਂਟ ਨਹੀਂ ਆਊਗਾ ਤੇ ਫਿਰ ਮੈਂ ਸਿੰਪਲ ਜਿਸ ਤਰ੍ਹਾਂ ਪੰਜਾਬੀ 'ਚ ਕਰਦੀ ਹਾਂ ਉਸੇ ਤਰ੍ਹਾਂ ਸ਼ੂਟ ਕਰ ਲੂੰਗੀ, ਤੇ ਨੀਚੇ ਫਿਰ ਟਾਈਟਲ ਪਾ ਦੂੰਗੀ, ਉਹਦੇ ਨਾਲ ਸਾਰਿਆਂ ਨੂੰ ਜਿਹੜੀ ਆ ਆਸਾਨੀ ਹੋ ਜੂਗੀ ਸਮਝਣ, ਤੇ ਚਲੋ ਜੀ ਫਿਰ ਅੱਜ ਦਾ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ, ਆਪਣਾ ਖਿਆਲ ਰੱਖਣਾ, ਘਰਾਂ 'ਚ ਸੇਫ ਰਹਿਣਾ, ਤੇ ਆਪਣੇ ਹਰ ਰੋਜ਼ ਨੂੰ ਜਿਹੜਾ ਹੈ ਸੈਲੀਬ੍ਰੇਟ ਕਰੋ, ਖੁਸ਼ੀਆਂ ਮਾਣੋ, ਖੁਸ਼ ਰਹੋ ਤੇ ਖੁਸ਼ ਰੱਖੋ, ਬਾਏ ਬਾਏ।